इस तो माड़ी होर खबर की होगी कि हुण भैन भरा दा रिश्ता भी पवित्र नहीं रहा, पाक नहीं रहा कि वह इको घर दे विच इकट्ठे भी रह सकन। ये खबर गिद्दड़बाहा दे नज़दीक पैंदे पिंड तो सामने आई है, जिथे पिंड दे विच अजिहा गंदा काम करन तो बाद भैन भरा फरार होए ने। फिलहाल माँ दे वल्लों उम्मीद की जा रही है कि इस खबर नूं वध तों वध लोकां तक पहुँचाया जाएगा ता कि उसकी कुड़ी की भाल की हो सके। दरअसल एक खबर सामने आई है जिस दे विच मां रोंदी कुरलाउंदी जगह जगह भटक रही है अते उसका कहना है कि पुलिस दे कोल दरख्वास्त देण तों बाद भी मेरी कोई सुनवाई नहीं हो रही। दूजे पासे उसनू चिंता है कि किते उसकी जान भी ना लै ली जावे। इन्ना ज़्यादा खतरा उसनू होर किसे तो नहीं सगों अपने ही पुत तो है। दरअसल भूआ दा मुंडा अते मामे दी कुड़ी इको ही घर दे विच रहिंदे सी, पर बीते समय आपस दे विच ओह की कुछ कर रहे सन इस दे बारे घरदिआं नू कुछ भी पता नहीं लग्या। हुण सब कुछ उदों सामने आया जदों दोवें जाने घर तों फरार हो गए ने। इस गल दी जानकारी मां दे वल्लों दित्ती गई है कि किंज उसदी धी नूं लै के उसे दा ही रिश्तेदार पुत फरार हो चुके अते दर दर ते भटक रही मां नूं डर है कि किते उसदी जवान धी नूं वी उह गलत पासे ना ला दवे। मां दे वल्लों दस्या गया कि उह मुंडा नशे करन दा आदी है, ना सिर्फ उह सगों उसकी माँ भी नशे करती है। इस दे नाल नाल हुण उसनूं डर पै गया कि उसकी जवान धी दे नाल भी कुछ अजिहा ही ना कीता जावे। ये भी तुहानूं जानकारी दे दईए कि यह कुड़ी व्याही हुई सी, व्याह करवाउण दे नाल नाल पढ़ाई लिखाई भी करती सी, जिथे उसनूं खुद उसकी माँ छड्डण भी जाउंदी सी अते वापस लै के भी आउंदी सी, पर फिर भी इस व्याही वरी कुड़ी ते भरा दी अजिही गंदी नज़र पई कि उह इसनूं लै के फरार हो गया। इस तों बाद माँ दर दर ते भटक रही है, की कुछ कहना उहनां दा आओ जानदे हां। ਸਾਧੂ ਸਰਮਟੇ ਨੇ ਮੇਰੀ ਲੜਕੀ ਵਿਆਹੀ ਸੀ, ਉਥੋਂ ਜੀ ਮੇਰੇ ਕੋਲ ਰਹਿਣ ਲੱਗ ਗਈ। ਜਦੋਂ ਮੇਰੇ ਕੋਲ ਰਹਿਣ ਲੱਗ ਗਈ, ਇੱਕ ਮੋਨੂ ਨਾਮ ਦਾ ਮੇਰੇ ਨਾਲ ਦਾ ਮੁੰਡਾ ਰਹਿਣ ਲੱਗ ਗਿਆ ਸਾਡੇ ਨਾਲ। ਉਦੋਂ ਬਾਅਦ ਜੀ ਉਹਨੇ ਆਪਦੇ ਮਗਰ ਲਾ ਕੇ ਕੁੜੀ ਤੇ ਨਸ਼ੇ ਨੁਸ਼ੇ ਕਰਦਾ ਸੀਗਾ, ਨਸ਼ੇ ਦੇ ਵਿੱਚ ਹੋ ਕੇ ਤੇ ਮੇਰੀ ਕੁੜੀ ਨੂੰ ਮਗਰ ਲਾ ਕੇ ਲੈ ਗਿਆ। ਅਸੀਂ ਬਹੁਤ ਜਿਆਦਾ ਭਾਲ ਕਰੀ, ਜਿੱਥੇ ਵੀ ਜਾਣੇ ਸਾਨੂੰ ਕੁੜੀ ਨਹੀਂ ਮਿਲੀ ਹਜੇ ਤੱਕ। ਇਹਨਾਂ ਤੋਂ ਬਹੁਤ ਜਿਆਦਾ ਖਤਰਾ ਜੀ, ਬਹੁਤ ਡਰ ਲੱਗਦਾ ਮੈਨੂੰ ਇਹਨਾਂ ਤੋਂ। ਇਹ ਮੈਨੂੰ ਨਾ ਮਾਰ ਦੇਣ, ਮੇਰੀ ਕੁੜੀ ਚੱਕ ਲਈ ਜਦੋਂ, ਮੈਨੂੰ ਵੀ ਡਰ ਹੈ। ਹਾਂ, ਨਸ਼ੇ ਤੇ ਲਾ ਸਕਦੇ ਆ, ਨਸ਼ੇ ਤੇ ਲਾ ਦੋ। ਉਹਦੀ ਮਾਂ ਵੀ ਨਸ਼ੇ ਵਾਲੀ ਹੈ, ਮੁੰਡਾ ਵੀ ਨਸ਼ੇ ਵਾਲਾ, ਤੇ ਮੇਰੀ ਲੜਕੀ ਨੂੰ ਵੀ ਨਸ਼ੇ ਤੇ ਲਾ ਸਕਦੇ ਆ। ਵੀ ਮੈਨੂੰ ਮੇਰੀ ਲੜਕੀ ਮਿਲਣੀ ਚਾਹੀਦੀ ਆ, ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਦੇ ਪਰਿਵਾਰ ਤੇ। ਬਹੁਤ ਥਾਈ ਗਈ ਆ, ਥਾਣਿਆਂ ਚ ਵੀ ਗਈ ਆ, ਬਾਬ ਵਾਲੀ ਥਾਣੇ ਚ ਵੀ ਗਈ ਆ, ਹਬੋਰ ਵੀ ਗਈ ਆ, ਮੇਰੀ ਕਿਤੇ ਸੁਣਾਈ ਨੀ ਹੋਈ। ਇੱਥੇ ਥਾਣੇ ਚ ਵੀ ਮੈਂ ਦਰਖਾਸਤ ਦਿੱਤੀ ਆ, ਕੋਈ ਮੇਰੀ ਨੀ ਕਾਨੂੰਨੀ ਕਾਰਵਾਈ ਕਰੀ। ਜਿਹੜਾ ਉਹ ਭੂਆ ਦਾ ਲੜਕਾ ਸੀ, ਭਰਾ ਲੱਗਦਾ ਸੀ, ਭਰਾ ਲੱਗਦਾ ਸੀ। ਪ੍ਰੇਸ਼ਨ ਦੀ ਮਾਰੀ ਪਈ ਸੀ, ਮੈਨੂੰ ਤਾਂ ਦਵਾਈ ਦਵਾਈ ਦੇ ਦਿੰਦੇ ਸੀ, ਮੈਨੂੰ ਨੀ ਪਤਾ ਲੱਗਿਆ ਮੇਰੇ ਘਰ ਦੇ ਵਿੱਚ ਕੀ ਹੁੰਦਾ। ਓਦੋ ਬਾਅਦ ਮੈਂ ਸਹੁਰੀ ਛੱਡਿਆ ਸੀ, ਸਹੁਰਿਆਂ ਤੋਂ ਚੱਕ ਲਿਆ। ਤੇ ਉਹਨਾਂ ਦੇ ਘਰਦਿਆਂ ਨੂੰ ਮਿਲੇ ਤੁਸੀਂ ਮੋਨੂ ਦੇ? ਹਾਂ, ਸਾਰੇ ਪਰਿਵਾਰ ਨੂੰ ਉਹਨਾਂ ਦੇ ਮਿਲੇ। ਉਹ ਸਾਨੂੰ ਗਾਲਾਂ ਦਿੰਦੇ ਆ ਜਦੋਂ ਵੀ ਅਸੀਂ ਜਾਣੇ ਆ, ਸਾਨੂੰ ਗਾਲਾਂ ਦਿੰਦੇ ਆ, ਸਾਨੂੰ ਗਾਲਾਂ ਦੇ ਕੇ ਮੋੜ ਦਿੰਦੇ ਆ। ਤੈਨੂੰ ਉਦੋਂ ਨੀ ਸੀ ਦਿਖਦਾ, ਤੈਨੂੰ ਉਦੋਂ ਨੀ ਸੀ ਦਿਖਦਾ। ਮੈਂ ਤਾਂ 9 ਲੱਖ ਰੁਪਇਆ ਵੀ ਉਹਦੀ ਮਾਂ ਮੰਗਦੀ ਹੈ, ਮੈਂ ਤਾਂ ਮੇਰੇ ਕੋਲ ਤਾਂ 9 ਪੈਸੇ ਨੇ, ਮੈਂ ਵੀਰ ਜੀ ਕਿੱਥੋਂ ਦੇਵਾਂ? ਮੇਰੀ ਸੁਣਾਈ ਹੋ ਜੇ ਬਸ, ਸਾਡੀ ਤਾਂ ਇਹ ਮੰਗ ਆ, ਮੇਰੀ ਬੇਟੀ ਮੈਨੂੰ ਮਿਲਣੀ ਚਾਹੀਦੀ ਆ, ਮੋਨੂ ਤੇ ਕਾਨੂੰਨੀ ਕਾਰਵਾਈ ਹੋ ਜੇ। ਇਹ ਮਾਤਾ ਅੱਜ ਮੇਰੇ ਕੋਲ ਸੁਭਾ ਹੈ ਜੀ, ਤੇ ਆਰਥਿਕ ਤੌਰ ਤੇ ਬਹੁਤ ਇਹ ਇਹਨਾਂ ਦੀ ਹਾਲਤ ਬਹੁਤ ਖਸਤਾ ਹੈ, ਦਿਮਾਗੀ ਸੰਤੁਲਨ ਵੀ ਵਿਗੜਿਆ ਹੋਇਆ ਇਹਨਾਂ ਦਾ। ਇਹਨਾਂ ਦੀ ਬੇਟੀ ਨੂੰ ਕੋਈ ਇਹਨਾਂ ਦਾ ਬੇਟੀ ਦਾ ਕਜ਼ਨ ਬ੍ਰਦਰ ਹੀ ਲੈ ਗਿਆ ਉਹਨੂੰ, ਤੇ ਰਿਸ਼ਤੇ ਚ ਭਰਾ ਲੱਭਦਾ ਸੀ ਉਹਦਾ, ਸਕੇ ਮਾਮੇ ਭੂਆ ਦੇ ਬੱਚੇ ਸੀ ਇਹ। ਮਾਤਾ ਦੱਸ ਰਹੀ ਹੈ ਵੀ ਜਿਹੜਾ ਬੱਚਾ ਲੈ ਕੇ ਗਿਆ ਉਹ ਅਡਿਕਟਡ ਹੈ, ਚਿੱਟਾ ਵਗੈਰਾ ਲਾਉਂਦਾ ਹੈ ਤੇ ਸੇਲ ਵੀ ਕਰਦਾ ਹੈ। ਮਾਤਾ ਨੂੰ ਡਰ ਹੈ ਕਿਤੇ ਮੇਰੀ ਬੇਟੀ ਨੂੰ ਵੀ ਅਡਿਕਟਡ ਨਾ ਕਰ ਦੇ। ਉਹ ਬੇਟੀ ਆਲਰੇਡੀ ਮੈਰਿਡ ਹੈ ਤੇ ਸਰਕਾਰੀ ਸੀਨੀਅਰ ਸਕੂਲ ਗਰਲਜ਼ ਵਿਖੇ ਉਹ ਪੜ੍ਹ ਰਹੀ ਹੈ। ਮੈਂ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਜੀ। ਦੇਖੋ, ਬੱਚੀ ਦਾ ਅਡਲਟ ਹੈ, ਮਾਈਨਰ ਤਾਂ ਹੈ ਨਹੀਂ ਗੀ। ਜੇ ਮਾਈਨਰ ਹੋਵੇ ਤਾਂ ਪਾਸਕੋ ਐਕਟ ਵਗੈਰਾ ਲੱਗ ਜਾਂਦਾ ਹੈ, ਹੁਣ ਉਹ ਅਡਲਟ ਹੈ, ਆਪਦੀ ਵਿਲਿੰਗ ਨਾਲ ਹੀ ਗਈ ਹੈ ਜੀ। ਤੇ ਬਾਕੀ ਸਮਾਜਿਕ ਤੌਰ ਤੇ ਇਹ ਬਹੁਤ ਰਿਸ਼ਤੇ ਨਾਤੇ ਖਤਮ ਹੋ ਰਹੇ ਹੈ। ਬੱਚਿਆਂ ਵੱਲ ਮਾਂ ਪਿਓ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅਡੋਲੋਸੈਂਟ ਏਜ ਚ ਕਈ ਵਾਰ ਬੱਚੇ ਗਲਤੀਆਂ ਕਰ ਜਾਂਦੇ ਹੈ, ਕਾਨੂੰਨੀ ਕਾਰਵਾਈ ਦੇਖੋ ਜੋ ਵੀ ਬਣਦੀ ਹੈ ਅਸੀਂ ਕਰਾਂਗੇ, ਆਪਦਾ ਪੂਰਾ ਜ਼ੋਰ ਲਾਵਾਂਗੇ। ਬਾਕੀ ਜੋ ਹੋਣਾ ਉਹ ਤਾਂ ਕਾਨੂੰਨ ਅਨੁਸਾਰ ਹੀ ਹੋਣਾ ਜੀ।